ਜੀ ਕਿਵੇਂ ਹੋ? ਵਧੀਆ ਜੀ। ਆਲ ਗੁੱਡ? ਯੈਸ। ਵਧੀਆ ਰਹੀ ਪਰਫਾਰਮੈਂਸ ਆਪਦੇ ਵੱਲੋਂ? ਯੈਸ ਸਰ। ਚੱਲੀਏ ਉਧਰ ਨੂੰ। ਚਲੋ ਜੀ। ਉਧਰ ਕਿਹਦੇ ਵੱਲ ਚੱਲੀਏ? ਅਲਾਪ ਸਰ ਕਨ। ਹਾਂਜੀ ਲਾਪਾ ਜੀ। ਪਹਿਲੀ ਗੱਲ ਤਾਂ ਨਛੱਤਰ ਗਿੱਲ ਜੀ ਵਾਸਤੇ ਜ਼ੋਰਦਾਰ ਤਾਲੀਆਂ। ਕਿਆ ਬਾਕਮਾਲ ਸਿੰਗਰ ਨੇ। ਐਸੀ ਪਿਚ ਵੇਰੀਐਂਸ, ਜਿਵੇਂ ਗੁਰਮੀਤ ਜੀ ਦੱਸ ਦਿੰਦੇ ਐਸਥੈਟਿਕ ਸੈਂਸ, ਲੋ ਮਿਡ ਔਰ ਹਾਈ, ਤਿੰਨੇ ਓਕਟੇਵ 'ਚ ਗਾਉਣ ਵਾਲੇ ਸਿੰਗਰ ਬਹੁਤ ਘੱਟ ਨੇ ਪੰਜਾਬ 'ਚ। ਔਰ ਦੂਸਰੀ ਔਰ ਮੋਸਟ ਇੰਪੋਰਟੈਂਟ ਤਾੜੀਆਂ ਹੋਣੀਆਂ ਚਾਹੀਦੀਆਂ ਸਾਡੇ ਗੁਰਮੀਤ ਸਿੰਘ ਜੀ ਵਾਸਤੇ, ਕਿਉਂਕਿ ਜਿਹਨਾਂ ਦਾ ਗਾਣਾ ਹੈ, ਜਿਹਨਾਂ ਦੀ ਕੰਪੋਜੀਸ਼ਨ ਹੈ, ਇੰਨੀ ਖੂਬਸੂਰਤ ਕੰਪੋਜੀਸ਼ਨ ਸਰ, ਮੱਥਾ ਟੇਕਦੇ ਹਾਂ ਜੀ। ਕਿਆ ਬਾਤ ਹੈ। ਦ ਕੰਪੋਜੀਸ਼ਨ ਕਿੰਗ ਫੋਰ ਅ ਰੀਜ਼ਨ। ਬੇਟਾ ਕੰਪੋਜੀਸ਼ਨ ਤੁਸੀਂ ਸਹੀ ਗਾਈ ਹੈ, ਓਵਰਆਲ ਵਾਜ਼ ਗੁੱਡ, ਬਟ ਗੁਰਵੀਰ ਤੁਸੀਂ ਬਹੁਤ ਸੋਹਣੀਆਂ ਪਰਫਾਰਮੈਂਸਿਸ ਦਿੱਤੀਆਂ ਪਹਿਲਾਂ, ਮੈਨੂੰ ਹਾਲੇ 0.5 ਘੱਟ ਗਈ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਮੇਰੇ ਵਾਸਤੇ। ਯੂ ਹੈਵ ਟੂ ਡੂ ਬੈਟਰ, ਠੀਕ ਹੈ? ਤੁਸੀਂ ਕਰ ਸਕਦੇ ਹੋ ਔਰ ਕਰਨਾ ਪੈਣਾ। ਚੀਚੀ ਪ੍ਰੋਮਿਸ? ਯੈਸ ਸਰ। ਚਲੋ ਨੈਕਸਟ ਟਾਈਮ ਥੋੜ੍ਹਾ ਜਿਹਾ ਇਸ ਚੀਜ਼ ਦਾ ਧਿਆਨ ਰੱਖਣਾ, ਠੀਕ ਹੈ? ਵੈਰੀ ਵੈਲ ਗੁਰਮੀਤ ਸਰ। ਮੈਂ ਕੀ ਕਹਿੰਦਾ, ਇੰਪਰੂਵਮੈਂਟ ਜ਼ਰੂਰੀ ਹੈ। ਮਾਈਂਡ ਨੂੰ ਬਿਲਕੁਲ ਕੰਸਨਟ੍ਰੇਟ ਕਰਕੇ ਬੜੇ ਪਿਆਰ ਨਾਲ, ਸਤਿਕਾਰ ਨਾਲ, ਧਿਆਨ ਨਾਲ ਗਾਣਾ ਗਾਣਾ ਹੈ ਕਿ ਅਸੀਂ ਕੀ ਕੀ ਚੀਜ਼ਾਂ ਲਾਉਣੀਆਂ ਉਹ ਧਿਆਨ 'ਚ ਰੱਖਣੀਆਂ, ਕਿ ਇੱਥੇ ਗ੍ਰੇਸ ਲਾਉਣੀ ਹੈ, ਇੱਥੇ ਖਟਕਾ ਲਾਉਣਾ, ਇੱਥੇ ਮੁਰਕੀ ਲਾਉਣੀ ਹੈ, ਕਿੱਥੋਂ ਤੱਕ ਸਾਡੀ ਰੇਂਜ ਜਾ ਸਕਦੀ ਹੈ, ਆਹ ਤਾਂ ਨਹੀਂ ਕਿ ਸਾਡਾ ਸੁਰ ਚੜ੍ਹ ਜਾਏਗਾ, ਸਾਡਾ ਸੁਰ ਉਤਰ ਜਾਏਗਾ, ਆਹ ਸਾਰੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ ਹੈ ਨਾ। ਅਤੇ ਇੰਪਰੂਵਮੈਂਟ ਤਾਂ ਜ਼ਰੂਰੀ ਹੈ ਜੀ, ਅਤੇ ਗੁੱਡ ਲੱਕ ਵੀ ਜ਼ਰੂਰੀ ਹੈ ਨਾ। ਥੈਂਕ ਯੂ। ਥੈਂਕ ਯੂ ਭਾਅ ਜੀ। ਲਾੜੀ ਭਾਅ ਜੀ, ਮੈਂ ਤਾਂ ਪੂਰੇ ਗਾਣੇ ਦੇ ਵਿੱਚ ਨਹੀਂ ਸੀਗਾ ਕਿਤੇ ਵੀ, ਤੂੰ ਇਹ ਸਿਰਫ ਘਰ ਪੂਰਾ ਕਰਨ ਵਾਲਾ ਪਰਫਾਰਮੈਂਸ ਕਹਿ ਸਕਦਾ ਤੈਨੂੰ। ਹੋਰ ਬੇਟਾ, ਇਹਦੇ ਵਾਸਤੇ ਬਹੁਤ ਮਿਹਨਤ ਦੀ ਲੋੜ ਆ ਬੱਚੇ ਮੇਰੇ, ਧਿਆਨ ਨਾਲ ਗਾਓ, ਮਿਹਨਤ ਕਰਕੇ ਗਾਓ। ਜੇ ਤੁਹਾਨੂੰ ਮੈਚ ਨਹੀਂ ਹੋ ਰਿਹਾ ਸਕੇਲ, ਤਾਂ ਦੁਬਾਰਾ ਕੋਸ਼ਿਸ਼ ਕਰੋ, ਸ਼ਾਬਾਸ਼, ਦੁਬਾਰਾ ਮਿਹਨਤ ਕਰਿਓ। ਗੋਡ ਬਲੈਸ ਯੂ, ਖੁਸ਼ ਰਹੋ। ਸਵਿਤਾਜ, ਗੁਰਵੀਰ ਤੁਸੀਂ ਬਹੁਤ ਸੁਰੀਲੇ ਹੋ, ਠੀਕ ਆ। ਹੁਣ ਤੱਕ ਤੁਸੀਂ ਜਿਹੜੀਆਂ ਪਰਫਾਰਮੈਂਸਿਸ ਕੀਤੀਆਂ, ਤੁਸੀਂ ਆਲਮੋਸਟ ਹਰ ਫਲੇਵਰ ਟਰਾਈ ਕਰ ਲਿਆ ਸੂਫੀ ਨੂੰ ਛੱਡ ਕੇ, ਅਤੇ ਤੁਸੀਂ ਬਾਖੂਬੀ ਨਿਭਾਇਆ। ਅੱਜ ਪਤਾ ਨਹੀਂ ਕਿੱਥੇ ਲੈਕ ਕਰ ਰਹੇ ਸੀ ਤੁਸੀਂ, ਬਟ ਠੀਕ ਆ, ਨਹੀਂ ਹੈਗੀ ਇਲੀਮੀਨੇਸ਼ਨ, ਬਟ ਦੀਜ਼ ਮਾਰਕਸ ਆਰ ਗੋਇੰਗ ਟੂ ਬੀ ਕਾਊਂਟਡ। ਪਰ ਮੈਨੂੰ ਪਤਾ ਤੁਸੀਂ ਬਾਊਂਸ ਬੈਕ ਕਰ ਲੈਣਾ। ਚੀਜੀ ਪ੍ਰੋਮਿਸ? ਯੈਸ ਮੈਮ। ਹਾਂ, ਗੁੱਡ। ਅਮਰੂਰੀ ਜੀ, ਕੀ ਕਹਿਣਾ ਚਾਹੋਗੇ ਗੁਰਵੀਰ ਨੂੰ? ਗੁਰਵੀਰ, ਘਬਰਾਉਣਾ ਨਹੀਂ ਹੈਗਾ, ਓਕੇ, ਠੀਕ ਹੈ। ਬਸ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਨੇ ਨਾ, ਉਹਨਾਂ 'ਤੇ ਗੌਰ ਕਰਨੀ ਆ ਪੂਰੀ, ਕਿਉਂਕਿ ਇੱਕ ਬਚਪਨ ਜਿਹੜਾ ਹੁੰਦਾ ਨਾ, ਉਹ ਬੇਸ ਹੁੰਦਾ ਸਾਡੀ ਜ਼ਿੰਦਗੀ ਦਾ। ਜਿਹੜੀਆਂ ਚੀਜ਼ਾਂ ਅਸੀਂ ਬਚਪਨ ਦੇ ਵਿੱਚ ਸਿੱਖ ਲਈਆਂ, ਉਸ ਤਾਂ ਜ਼ਿੰਦਗੀ ਸਾਡੇ ਨਾਲ ਚੱਲਦੀਆਂ ਨੇ। ਔਰ ਜਿਵੇਂ ਜੱਜਸ ਨੇ ਸਾਰਿਆਂ ਤੁਹਾਨੂੰ ਦੱਸਿਆ ਹੈ, ਤੁਹਾਡੇ ਫਾਇਦੇ ਲਈ ਦੱਸ ਰਹੇ ਨੇ, ਕਦੇ ਇਸ ਚੀਜ਼ ਦਾ ਬੁਰਾ ਨਹੀਂ ਮਨਾਉਣਾ ਕਿ ਮੈਨੂੰ ਇੱਦਾਂ ਕਹਿ ਤਾਂ ਨਹੀਂ। ਤੁਹਾਡੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਹੁਣੇ ਠੀਕ ਹੋ ਜਾਣਗੀਆਂ ਬਚਪਨ 'ਚ, ਫਿਰ ਅੱਗੇ ਜਾ ਕੇ ਤੁਸੀਂ ਫਿਰ ਕਮਾਲ ਦੇ ਸਿੰਗਰ ਬਣ ਜਾਓਗੇ, ਜਿਨ੍ਹਾਂ ਦੇ ਤੁਸੀਂ ਕਹਿੰਦੇ ਮੇਰਾ ਆਹ ਫੇਵਰਟ ਸਿੰਗਰ ਆ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਜਿਹੜੇ ਕਲਾਕਾਰਾਂ ਨੂੰ, ਫਿਰ ਕੱਲ੍ਹ ਨੂੰ ਤੁਸੀਂ ਵੱਡੇ ਹੋ ਕੇ ਉਸ ਥਾਂ 'ਤੇ ਫਿਰ ਤੁਸੀਂ ਬੈਠਣਾ ਹੈ। ਇਸ ਕਰਕੇ ਸਾਰੀਆਂ ਕਮੀਆਂ ਪੇਸ਼ੀਆਂ ਤੁਹਾਡੀਆਂ ਇੱਥੇ ਹੀ ਦੂਰ ਕਰ ਦੇਣੀਆਂ ਨੇ। ਸੋ ਕੋਈ ਗੱਲ ਨਹੀਂ, ਬਹੁਤ ਵਧੀਆ ਹੈ, ਬਸ ਤੁਸੀਂ ਆਪਣਾ ਧਿਆਨ ਰੱਖਣਾ ਅੱਗੇ ਨੂੰ, ਠੀਕ ਹੈ? ਅੱਗੇ ਨੂੰ ਹੋਰ ਸੋਹਣਾ ਕਰਨਾ, ਠੀਕ ਹੈ? ਓਕੇ, ਲਵ ਯੂ ਬੇਟਾ। ਥੈਂਕ ਯੂ। ਥੈਂਕ ਯੂ ਮੈਮ, ਐਂਡ ਗੁੱਡ ਲੱਕ ਟੂ ਯੂ। ਤਾੜੀਆਂ ਗੁਰਵੀਰ ਲਈ। ਜਜਿਸ, ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਸਾਡੇ ਛੋਟੇ ਚੈਂਪਸ ਨੇ, ਇਕੱਲਾ ਮਤਲਬ ਗਾਉਣੇ ਦਾ ਜਾਂ ਮਿਊਜ਼ਿਕ ਦੇ ਨਾਲ ਹੀ ਰਿਆਜ਼ ਨਹੀਂ ਕਰਦੇ ਹੈਗੇ, ਇਹ ਬਲਕਿ ਤੁਹਾਡੇ ਸਾਰਿਆਂ ਦੀ ਮਿਮਿਕਰੀ ਦਾ ਰਿਆਜ਼ ਵੀ ਕਰਦੇ ਨੇ। ਓ ਹਾਂਜੀ ਹਾਂ, ਯਕੀਨ ਨਹੀਂ ਹੁੰਦਾ, ਆਹ ਦੇਖ ਲਓ ਤੁਸੀਂ, ਆ ਜਾਓ ਆ ਜਾਓ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਹੈਲੋ, ਕਿਵੇਂ ਹੋ? ਠੀਕ ਠਾਕ ਜੋ? ਦੇਖੋ ਬੱਚੇ,
ਤੁਸੀਂ ਬਹੁਤ ਸੋਹਣਾ ਗਾਇਆ ਬੱਚੇ। ਜੋ ਤੁਹਾਡੀ ਅੱਜ ਦੀ ਪਰਫਾਰਮੈਂਸ ਸੀ ਵਧੀਆ ਸੀਗੀ। ਪਰਫਾਰਮੈਂਸ ਤੁਹਾਡੀ ਬਹੁਤ ਅੱਛੀ ਵਾਸ ਆ। ਆ ਜਿਹੜਾ ਬੱਚੇ ਨੇ ਅੱਜ ਗਾ ਦਿੱਤਾ ਨਾ, ਤੇ ਤੁਸੀਂ ਕਾਫੀ ਅੱਛਾ ਇੰਪਰੂਵ ਕੀਤਾ। ਕਮਾਲ ਸੀ, ਬਹੁਤ ਕਮਾਲ ਸੀ। ਮੇਰਾ ਸ਼ਗਨਾਂ ਨਾਲ ਲਫਾਫਾ ਉੱਤਰ ਗਿਆ ਹੈ। ਬਹੁਤ ਕਮਾਲ ਤੋਂ ਵੀ ਉੱਤੇ ਕੀ ਹੁੰਦਾ? ਤੁਹਾਨੂੰ ਪਤਾ ਵਾ ਕਿ ਤੁਹਾਡਾ ਸਥਾਈ 'ਚ ਥੋੜਾ ਜਿਹਾ ਸੁਰ ਗਿਆ, ਥੋੜਾ ਜਿਹਾ। ਮੈਨੂੰ ਮੇਰੇ ਕਾਲਜ ਦੇ ਦਿਨਾਂ ਦੀ ਯਾਦ ਦਿਲਾਤੀ। ਕੀ ਹੁੰਦਾ? ਗਿਆ ਸੀ ਨਾ, ਗਿਆ ਸੀ ਨਾ, ਬੋਲ ਗਿਆ ਸੀ। ਤੇ ਇਹਦੀ ਸਿਹਤ ਦੇਖ ਕੇ ਵੈਸੇ ਵੀ ਮੇਰੇ ਵਰਗੀ ਲੱਗ ਰਿਹਾ। ਕੀ ਹੁੰਦਾ? ਕਿੱਥੇ ਗਿਆ ਯਾਰ, ਗਵਾਚਣਾ ਸੀ। ਜਿਹੜੇ ਤੁਸੀਂ ਅੱਜ ਆ ਸੁਰ ਲਗਾਤੇ ਆ ਨਾ, ਆਈ ਜਸਟ ਲਵ ਯੋਰ ਵੋਇਸ, ਇਹ ਤੁਸੀਂ ਇਸ ਤਰ੍ਹਾਂ ਹੀ ਲਗਾਉਣੇ ਸੀ ਜਿਸ ਤਰ੍ਹਾਂ ਗਾਣੇ ਵਿੱਚ ਲੱਗਿਆ ਨਾ। ਪਤਾ ਨਹੀਂ ਕੀ ਹੁੰਦਾ, ਪਰ ਜੋ ਵੀ ਹੁੰਦਾ, ਜੇ ਗੁਰਜੀਤ ਭਾਜੀ ਉਸ ਤਰ੍ਹਾਂ ਨਾ ਲਗਾਉਂਦੇ ਨਾ, ਤਾਂ ਇਸ ਤਰ੍ਹਾਂ ਇਹ ਗੱਲ ਹੀ ਨਹੀਂ ਬਣਨੀ ਸੀ। ਦੇਖੋ ਬੱਚੇ, ਜੇ ਮੈਨੂੰ ਸ਼ਗਨਾਂ ਵਾਲਾ ਲਿਫਾਫਾ ਲੱਭ ਜਾਂਦਾ ਨਾ, ਮੈਨੂੰ ਉਹ ਕੁੜੀਆਂ ਦੀ ਆਵਾਜ਼ ਬਹੁਤ ਪਸੰਦ ਆ ਜਿਨ੍ਹਾਂ ਦੀ ਬਹੁਤ ਹੈਵੀ ਬੇਸ ਵਾਲੀ ਆਵਾਜ਼ ਹੁੰਦੀ ਹੈ ਨਾ। ਬਹੁਤ ਪੈਸਾ ਕਮਾਓਗੇ। ਬੈਸਟ ਆਫ ਲੱਕ, ਵੈਰੀ ਗੁੱਡ ਵਿਸ਼ਸ ਮੇਰ ਕਰੇ ਤੁਹਾਡੇ ਤੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ, ਗੁੱਡ ਵਿਸ਼ਸ। ਓਕੇ, ਦੁਬਾਰਾ ਮੇਰੇ ਤੋਂ ਆਹੀ ਵਰਡਸ ਲਓਗੇ? ਸਟੋਲ ਦ ਸ਼ੋ, ਯੂ ਸਟੋਲ ਦ ਹਾਰਟਸ, ਯੂ ਸਟੋਲ ਦ ਵਰਲਡ।